ਕਹਿੰਦੇ ਕਿੱਥੇ ਹੈਗੇ, ਕਹਿੰਦੇ ਉੱਥੇ ਹੈਗੇ ਜਿਹਦੇ ਪਿੱਛੇ ਪੰਜਾਬ ਹਰਿਆਣਾ ਲੜੀ ਜਾਂਦਾ, ਤੁਰੇ ਫਿਰਦੇ ਆ ਕਿੱਟਾਂ ਪਾ ਰੱਖੀਆਂ, ਆਲੋ ਵਾਲ ਦਾ ਸੁੱਖਾ ਇੱਥੇ ਵੀ ਆ, ਚੱਕ ਦਾਂਗੇ ਬਾਰ ਚੋਂ ਰੂੜੀ ਮਾਲ ਲਈਏ। ਸੋ ਅੱਜ ਦੇ ਬਲੌਗ ਦੀ ਸ਼ੁਰੂਆਤ ਅਸੀਂ ਕਰ ਚੁੱਕੇ ਹਾਂ ਕਿ ਮੋਢਿਆਂ 'ਚ ਕਿੱਟਾਂ ਪਾ ਕੇ ਚੱਕ ਦਾਂਗੇ ਬਾਰ ਚੋਂ ਰੂੜੀ, ਮਾਰ ਦਾਂਗੇ ਗੱਡੇ ਮੂੰਹ 'ਤੇ, ਤੂੜੀ ਵਾਲੀ ਸਵਾਤ ਖਾਲੀ ਕਰ ਦਾਂਗੇ, ਜੇ ਮਹਿੰਗੀ ਹੋ ਗਈ ਵੇਚ ਦਾਂਗੇ, 150 ਕਿਲਾ ਰਾਜਸਥਾਨ 'ਚ ਫੇਰ ਬਣਵਾ ਲਾਂਗੇ ਛੋਲੇ ਵੀ ਨੇ ਬਾਈ ਜੀ ਕੱਲੇ। ਸੋ ਫਾਈਨਲੀ ਚੰਡੀਗੜ੍ਹ ਦੀ ਧਰਤੀ 'ਤੇ ਅਸੀਂ ਪਹੁੰਚ ਚੁੱਕੇ ਹਾਂ, ਅਤੇ ਜਿਹੜੇ ਜਿਹੜੇ ਸੱਜਣਾਂ ਦੇ ਪੈਸੇ ਦੇਣੇ ਆ ਉਹ ਸਾਨੂੰ ਫੋਨ ਕਰ ਲਿਓ, ਅਸੀਂ ਪੈਸੇ ਦੇ ਕੇ ਜਾਵਾਂਗੇ, ਜਿਹੜਾ 3-4 ਹਜ਼ਾਰ ਕਰੋੜ ਵੰਡਣਾ ਗਾ। ਅਤੇ ਮੇਰ ਜੀ ਨੱਕ ਤੇ ਰੁਮਾਲ ਯਾਰ ਦੇ, ਰਾਤੀ ਬੰਨੇ ਤੋਂ ਬਿਨਾਂ ਨਾ ਨੀਂਦ ਆਉਂਦੀ, ਜ਼ੁਕਾਮ ਬਹੁਤ ਲੱਗਦਾ ਨਾ, ਕੱਚੀਆਂ ਪਈਆਂ ਥਾਣੀ। ਕਹਿੰਦੇ ਹੁਣ ਬਾਈ ਜੀ ਦੇ ਔਫਿਸ 'ਚ ਜਾਵਾਂਗੇ ਅਸੀਂ, ਉਦਲੇ ਦੀ ਗੱਲਬਾਤ ਕਰਾਂਗੇ, ਆ ਜਾਓ। ਕਹਿੰਦਾ ਉੱਚੀਆਂ ਲੰਮੀਆਂ ਟਾਹਲੀਆਂ ਵੇ ਵੇਲੀਆਂ ਵਿੱਚ ਦੀ ਬਗੇਂਦਾ ਦਰਿਆ, ਆ ਗਏ ਚੰਡੀਗੜ੍ਹ ਸੋਹਣਿਆ, ਡੱਬਾ 20 ਹਜ਼ਾਰ ਦਾ ਚੱਕ ਲਿਆ, ਆ ਗਏ ਚੰਡੀਗੜ੍ਹ ਸੋਹਣਿਆ। ਉਤਲਿਆਂ ਦੀ ਗੱਲਬਾਤ ਹੈ, ਆਲੋ ਵਾਲੇ ਫਲਾਈਟਾਂ 'ਚ ਪਹੁੰਚ ਚੁੱਕੇ, ਕਮਲ ਬਾਈ ਨਾਲ ਹੋਏ, ਉਹ ਮੈਨੂੰ ਮਲ ਦਿਓ ਹੋਏ ਸੁੱਖਾ। ਕਹਿੰਦੇ ਕਿੱਥੇ ਆ ਗਏ, ਕਹਿੰਦੇ ਚੱਕ ਦਾਂਗੇ ਬਾਹਰ ਚੋਂ ਨਹੀਂ। ਮੈਸੇਜ ਆ ਗਿਆ ਸਾਰੇ ਚੰਡੀਗੜ੍ਹ ਨੂੰ, ਅਸੀਂ ਬੇਨਤੀ ਕਰਨੇ ਜਿਹਨੇ ਸਾਡੇ ਨਾਲ ਕੱਟੀ ਕਟਾ ਕੱਢਣਾ ਆ ਜਾਓ, ਅਸੀਂ ਆ ਗਏ। ਉਤਲਿਆਂ ਦੀ ਗੱਲ, ਧੁੱਪਾਂ ਬੀਜਦੀਆਂ ਆਉਂਦੀਆਂ, ਮੋਢਿਆਂ 'ਚ ਕਿੱਟਾਂ ਪਾਈਆਂ ਹੋਈਆਂ, ਕਿੱਟਾਂ 'ਚ ਕਿਤਾਬਾਂ ਕਾਪੀਆਂ 100 ਲੱਲੇ ਭੱਬੇ ਨੇ, ਸੁਸਾਇਟੀਆਂ ਦੀਆਂ ਕਾਪੀਆਂ ਨੇ, ਚੱਕ ਦਾਂਗੇ ਬਾਹਰ ਚੋਂ, ਆ ਜਾਓ ਬਣਦਾ ਤਾਂ ਦੇਖੋ ਕੀ ਆ ਤੁਸੀਂ। ਖੁਰਕ ਚਾਰੇ ਪਿੰਡ, ਸਾਰੇ ਪਿੰਡ ਦੀ ਹੋਈ ਜਾਂਦੀ ਹੈ ਕਿ ਪਤਾ ਨਹੀਂ ਕੀ ਖਾ ਲਿਆ ਇਹੋ ਜਿਹਾ। ਕਿਆ ਬਾਤ ਹੈ, ਕਿਆ ਬਾਤ ਹੈ। ਤੈਨੂੰ ਐਂ ਪਤਾ ਕਮਲ ਵੀ, ਜੇ ਆਹ ਪੈਪ ਇਹ ਪਿੰਡਾਂ 'ਚ ਹੁੰਦੇ ਹੁਣ ਕਿਸੇ ਪੁਲੀ ਥੱਲੇ ਦੱਬਦੇ ਹੁੰਦੇ, ਐਂ ਤਾਂ ਅਸੀਂ ਛੱਡਦੇ ਨਹੀਂ, ਇਹ ਤਾਂ ਚੰਡੀਗੜ੍ਹ ਆ ਵੀਰੇ, ਜੇ ਕਿਤੇ ਇਹੀ ਪਿੰਡ 'ਚ ਹੁੰਦਾ ਹੁਣ ਤਾਂ ਇਹ ਕਿਸੇ ਪੁਲੀ ਦਾ ਸ਼ਿੰਗਾਰ ਬਣ ਜਾਂਦਾ, ਕਿਸੇ ਪਈ ਦੇ ਮੱਥੇ 'ਤੇ ਗੱਡਿਆ ਜਾਂਦਾ। ਉਹ ਤਾਂ ਲੈ ਦੀ ਗੱਲਬਾਤ ਹੈ, ਆਲ ਵਾਲੇ ਦੇ ਚੋਰਾਂ ਨਾਲ ਸਾਡੇ ਲਹਿੰਗਾ, ਠੱਗਾਂ ਦਾ ਅੱਠੋਂ ਪੈਰ ਫੋਨ ਆਉਂਦਾ, ਬਾਈ ਜੀ ਕਿੱਥੇ ਹੋ, ਕਿਸੇ ਠੱਗੀ ਮਾਰੀਏ, ਆਈ ਡੋਂਟ ਫੋਰ ਕੇਅਰ ਦੈਟ, ਅੰਡਰਸਟੈਂਡ, ਗੋ ਬੈਕ ਕੈਨੇਡਾ ਕਰ ਦਾਂਗੇ, ਚੱਕ ਦਾਂਗੇ ਬਾਹਰ ਚੋਂ ਰੂੜੀ ਯਾਰ, ਆਲ ਵਾਲ ਦੀਆਂ ਰੂੜੀਆਂ ਚੱਕ ਦਾਂਗੇ, ਰੇਹ ਦਾ ਤਾਂ ਬਹੁਤ ਪਿਆਰ ਕਰ ਦਿੰਦਾ, ਖਾਦ ਦਾ, ਖਾਦ ਪਦਾਰਥਾਂ, ਆ ਜਾਓ ਬਣਦਾ ਅੱਗੇ ਜਹਾਨ 'ਤੇ। ਲੈ ਇੰਤਜ਼ਾਰ ਦੀਆਂ ਘੜੀਆਂ ਖਤਮ, ਮੋਢਿਆਂ ਤੋਂ ਲਾ ਲਏ ਬੈਗ, ਅਤੇ ਖੁੱਲ੍ਹੇ ਪਏ ਨੇ ਗੇਟ, ਆ ਗਿਆ ਮਿੱਤਰੋ ਮਿੱਤਰਾਂ ਦਾ ਫਲੈਟ, ਪਾਚੇ ਹੋਰੀ ਖੜਨੇ। ਕਹਿੰਦੇ ਕਿੱਥੇ ਆ ਗਏ, ਕਹਿੰਦੇ ਨਿਰੀ ਠੰਡ 'ਚ ਆ ਗਏ, ਮਹਿਸਾਂ 'ਚ ਸੀ ਕਰ ਰੱਖਿਆ ਗੱਭਰੂਆਂ ਨੇ, ਚੱਕ ਦਾਂਗੇ ਬਾਹਰ ਜ਼ਰੂਰੀ। ਅਸੀਂ ਪਹੁੰਚ ਚੁੱਕੇ ਹਾਂ ਚੰਡੀਗੜ੍ਹ ਦੀ ਧਰਤੀ, ਦੁੱਧ ਲਿਓ ਪੁੱਤਰ, 2 ਪੈਕਟ ਤੇ ਖੀਰ ਬਣਾਉਣੇ ਹੈਗੇ, ਚੰਗਾ ਹਾਂ ਖੀਰ ਖਾਵਾਂਗੇ, ਮੈਂ ਚੱਕ ਦਾਂਗੇ ਬਾਹਰ ਜੂ, ਗੱਡੇ ਮੂਹਦੇ 150 ਕਿਲੋ ਰਸਤਾ ਕਾਹਦੇ ਵਾਸਤੇ ਯਾਰ, ਇਹ ਕੰਮ ਕਰਨੇ, ਚੱਕ ਦਾਂਗੇ ਆ ਜਾਓ। ਨਾ ਨਾ ਮੈਂ ਤੇਰੇ ਕੰਨੀ ਕਰੂੰਗਾ ਕਮਲ, ਤੂੰ ਆਹ ਲੈ ਲਾ ਬਾਈ ਬਣ ਕੇ। ਕਮਲ ਭਾਅ ਜੀ ਸਾਡੇ ਵਾਸਤੇ ਚਾਹ ਬਣਾ ਲਏ, ਅਤੇ ਅਸੀਂ ਇਹਨਾਂ ਨੂੰ ਦਿਖਾ ਤਾਂ ਹੁਣ ਸਕਦੇ ਨਹੀਂ, ਫਿਰ ਉਹੀ ਗੱਲ ਆ ਗਈ, ਆਹ ਬਿਸਕੁਟ ਪਏ ਨੇ ਸਾਹਮਣੇ, ਕੰਬਲ ਲਈ ਬੈਠਾ ਗਾ, ਅਸੀਂ ਧੰਨਵਾਦੀ ਹਾਂ। ਲੈਂਦਾ ਕਿਸੇ ਨੂੰ, ਡਰਦੇ ਕਿਉਂ ਹੋਗੇ, ਹੈਂ ਕਹਿੰਦੇ ਕੀ ਹੋ ਗਿਆ, ਕਹਿੰਦੇ ਇੱਕੇ ਦਿਨ 'ਚ ਦੂਜੀ ਵਾਰੀ ਨਹਾ ਲਏ ਚੰਡੀਗੜ੍ਹ ਆਏ ਹੋਏ ਮੁੰਡੇ, ਉੱਧਰ ਸਾਡੇ ਭਾਈ ਸਾਹਿਬ ਸੁੱਖੀ ਬਰੇਟਾ ਜੀ ਖੜ੍ਹੇ ਨੇ, ਉਹਦੇ ਲਈ ਗੱਲਬਾਤ ਹੈ, ਆਲ ਵਾਲ ਦੀਆਂ ਬਲੈਣਾਂ ਵਾਲੀਆਂ ਗੱਭਰੂ ਨੇ, ਕਹਿੰਦੇ ਆ ਜਾਓ ਚੱਲਦੇ ਹਾਂ ਬਾਹਰ, ਅਤੇ ਬਾਹਰ ਵੇਟ ਕਰੀ ਜਾਂਦਾ ਗਾ ਇੱਕ ਬੰਦਾ ਹੋਰ, ਉਹਦੇ ਨਾਲ ਐਵੇਂ ਮਿਲਾਉਂਦੇ ਹਾਂ ਤੁਹਾਨੂੰ। ਚਲੋ ਸੁੱਖੀ ਬਾਈ ਬਹੁਤ ਹੋਲੀ, ਚੱਲੀਏ ਹੁਣ ਜਾਈਏ, ਕਰੋੜਾਂ ਬਿਸਕੁਟ ਖਾ ਕੇ, ਕਰੋੜਾਂ ਰੁਪਈਆਂ ਦੀ ਪੀ ਕੇ ਚਾਹ, ਹੁਣ ਇੱਥੋਂ ਮੈਂ ਜਾਣਾਗਾ, ਹੁਣ ਇੱਥੋਂ ਮੈਂ ਜਾਣਾਗਾ ਵੀਰ ਜੀ ਤੁਹਾਨੂੰ ਫਰੰਟ ਕੈਮਰੇ ਤੋਂ। ਭਾਅ ਜੀ ਕਹਿੰਦੇ ਕੌਣ ਪਿਆ ਗਾ, ਵਾਹ ਲੈਂਡ ਪੋਲ ਸੁੱਖੀ ਭਾਅ ਜੀ, ਚੰਗਾ ਵੀਰੇ, ਆਈ ਗੋ ਬੈਕ ਕੈਨੇਡਾ, ਓਕੇ ਓਕੇ। ਇੰਤਜ਼ਾਰ ਦੀਆਂ ਘੜੀਆਂ ਖਤਮ, ਇੱਕ ਵੱਡੇ ਮਹਾਨ ਸ਼ਖਸੀਅਤ ਨਾਲ ਮਿਲਾਵਾਂਗੇ ਤੁਹਾਨੂੰ। ਕਹਿੰਦੇ ਕੌਣ ਆ ਗਿਆ, ਕਹਿੰਦੇ ਕੌਣ ਆ ਗਿਆ, ਕਹਿੰਦੇ ਜ਼ੁਲਮ ਦਾ ਨਾਨਾ ਆ ਗਿਆ। ਹੋਰ ਬਾਈ, ਹੋਰ ਫਿਰ ਲਾਡੀ, ਇਹ ਭੂਆ ਦਾ ਮੁੰਡਾ ਗਾ, ਚੱਕ ਦਾਂਗੇ ਬਾਹਰ ਚੋਂ ਰੂੜੀ, ਚੰਡੀਗੜ੍ਹ ਦੀ ਧਰਤੀ ਤੇ ਫਿਰਦੇ ਆ ਗਾਬਰੂ। ਕਹਿੰਦੇ ਕਿੰਨੇ ਦਾ ਦਿਲ ਪਵਾ ਲਿਆ, ਕਹਿੰਦੇ ਪੈਟਰੋਲ ਪੰਪ ਹੀ ਚੱਕ ਲੈ ਨਾਲ, ਪੰਪ ਹੀ ਲਾ, ਪੱਕਾ ਲਾ ਲਿਆ ਪੰਪ। ਹੋਰ ਹੋਰ ਠੀਕ ਹੈ, ਬਸ ਠੀਕ ਹੈ, ਕੀ ਬਣਦਾ, ਬਣਦਾ ਤਾਂ ਕੁਝ ਨਹੀਂ, ਬਸ ਕੰਮ ਕਰ ਵਿੱਚ ਛੱਡ ਕੇ ਤੈਨੂੰ ਦਰਸ਼ਨ ਕਰਨ। ਇਹ ਬਾਈ ਕਿੱਥੋਂ, ਕਿਹੜੇ ਪਿੰਡੋਂ ਆ, ਮਾਨਸਾ ਤੋਂ ਆ। ਅੱਛਾ ਯਾਰ, ਕੀ ਬਾਤ ਹੈ, ਚਲੋ ਫਿਰ ਠੀਕ ਹੈ, ਬੰਜੇ ਤੇ ਆ ਜਾਓ, ਦਿਖਾਉਣੇ ਆ ਤੁਹਾਨੂੰ ਰੰਗ ਮੰਗ, ਢੰਗ ਸੰਗ, ਲੰਗ ਪੰਗ, ਆ ਜਾਓ। ਕਹਿੰਦੇ ਕੀ ਹੋ ਗਿਆ, ਕਹਿੰਦੇ ਚੰਡੀਗੜ੍ਹ 'ਚ ਹੀ ਦਿਨ ਛਿਪ ਗਿਆ, ਚੰਡੀਗੜ੍ਹ 'ਚ ਹੀ, ਕਹਿੰਦੇ ਕੌਣ ਫਿਰਦਾ ਨਾਲ, ਕਹਿੰਦੇ ਲਾਡੀ ਫਿਰਦਾ।
ਮਾੜੀ ਮੋਟੀ ਗੱਲਾਂ ਚੱਕ ਦਾਂਗੇ ਬਾਰ ਜਿਹੜੀ ਆਲ ਵਾਲ ਦੇ ਮਾਸਕ ਲਾ ਰੱਖਿਆ ਖੜਾ ਕੇ ਚਲਾਨ ਕਰ ਦਿੰਦੇ ਆ ਗੱਭਰੂ ਕਹਿੰਦੇ ਆ ਮੇਰੇ ਵੀ ਯਾਦ ਆ ਗਈ ਇਹਦਾ ਵੀ ਹੁੰਦਾ ਇਹਦਾ ਵੀ ਹੁੰਦਾ ਵੈਰੀ ਦਾ ਕੋਈ ਪਜਾਮਾ ਝੰਡੇ ਝੂਲਦੇ ਆ ਗੱਭਰੂਆਂ ਦੇ ਕਿਆ ਬਾਤ ਹੈ ਆ ਕੈਮਰਾ ਚਲਾਉਣ ਦੇ मतलब टाइम देना पै गया उस्ताद जी नाल ने आ जेडे तेरे सैक्टर सुक्टर ने फे दांगे वाला रूड़ी कुट लिया तो गड्डी गुड्डी देने चक दांगे बार जो गड्डे मूहे दैनिक जागरण चौक जाके घोड़ी लद ली मुंडे ने कहिंदे आवल वाल दीआं लाइटां चल पईआं बत्तियां हो गईआं गोल च घेरे उत्तों दी गेड़ा देता गभरूआं ने कहिंदे की लमकी जांदा है कहिंदे स्टिकर नहीं इहदा होर ही आ चारना जा आ जा भाई गाना तां फिर उहदे ही लावांगे करतार राम वाले दा बार चो रूड़ी गड्डे मुद्दे मार दांगे 150 किला राजस्थान च यूपी चो रिश्ते आउंदे 850 जो उन्हें ढिलो लेके आया गा बड़ी मुट्ठी गल्ला कोई आ जाओ पंचायतें बहुत चेरां दी रही सी बई अज BMW दे आपां शोरूम ते आ चुके आ इत्थे तीन आपां BMW बुक कराईआं होईआं ने एक तां मतलब खेडण वास्ते एक खेत रोटी पानी फड़ाने वास्ते एक माड़ा मोटा रिश्तेदारी जाने वास्ते सो अज असी आ चुके हैं कैमरे ने दिखाने हैं कि BMW शोरूम तेने सद्या सी कहिंदे आ जाओ यार क्योंकि पैसा मैं एक महीना पहले ही पवाता सीगा आ बाई नाल अज सामरा ते 4 करोड़ इन्हां नूं पवाता सीगा ते बाकी जिहड़ा 20-22 हज़ार रुपया होर देना दे देंगे मगरों क्योंकि पहला असं वड्डी पेमेंट भेज दाने होंने गे बहुत 150 वाला रास्ता तुहानूं सारिआं नूं पता ही हैगा यूपी रिश्ते 850 ढिलो लिखा BMW मूहरे जरूर थोड़े को गेड़ा मार के जाऊंगा जो मालक हैगा ओहदा अपनी वधिया हैगी ओहदे नाल आपां बांध लैंदे रहे ठेके ते इकट्ठा ओह खेती छड्ड के ओहनूं आ पा के दित्ता करजा ਆਪਾਂ ਬਾਹਣ ਲੈ ਲਿਆ ਗਾਹਾਂ ਹੋਰ ਕਣੀਆਂ ਆ ਗਈਆਂ ਉਹਦੇ ਦੀ ਗੱਲਬਾਤ ਹੈ ਵਾਲਦੇ ਪਾਪੀ ਬੈਠਾ ਸਾਡੇ ਨਾਲ ਸਮਰ ਸਿੱਧੂ ਸਾਡੇ ਨਾਲ ਨੇ ਚੱਕ ਦਾਂਗੇ ਬਾਹਰ ਚੋਂ ਰੂੜੀ ਯਾਰ ਕੋਈ ਚੱਕਰ ਨਹੀਂ ਹੈਗਾ ਆਪਾਂ ਗੰਢੀ ਲਾ ਦਾਂਗੇ ਬਾਹਰ ਤੋਂ ਰੂੜੀ ਉਹ 'ਚ ਹੀ ਪਾ ਦਾਂਗੇ ਸਾਰੀ ਗੱਲ ਜੀ ਔੜ ਨੂੰ ਹਟ ਗਈ ਮੈਨੂੰ ਪਤਾ ਹਨੇਰਾ ਹੋ ਗਿਆ ਆ ਜਾਓ ਕੀ ਬਣਦਾ ਕਿੱਦਾਂ ਪਵਾ ਦਾਂਗੇ ਢਿੱਲੋਂ ਲਿਖਾ ਦਾਂਗੇ 855 ਉਹਰੇ 2-9-10 BMW ਜਿਹੜਾ ਕੋਲ ਚੱਕ ਦਾਂਗੇ ਲੈ ਪੰਚਾਇਤੇ ਅੱਜ ਦੇ ਵਲੌਗ ਦੀ ਜਿਹੜੀ ਸਿਸਟਮ ਆ ਉਹ ਇੱਥੇ ਬਈ ਬੰਦ ਤਾਂ ਕਰਾਂਗੇ ਕਿਉਂਕਿ ਅੱਜ ਜਿਹੜੇ ਅਸੀਂ ਕੰਮ ਕਰਦੇ ਫਿਰਦੇ ਸੀ ਮੈਂ ਤੇ ਉਸਤਾਦ ਜੀ ਸਮਰਾ ਬਾਈ ਉਹ ਹੋਇਆ ਨੀਗਾ ਕੱਲ ਨੂੰ ਦਿਖਾਉਣੇ ਇੱਕ ਤਾਂ ਬੈਟਰੀ ਵੀ ਲੋਅ ਹੋ ਗਈ ਇੱਥੇ ਚਖਾਉਣੇ ਆ ਬੈਟਰੀ ਵੀ ਲੋਅ ਹੋ ਗਈ ਅਸੀਂ ਫਲੈਟ ਪਹੁੰਚ ਚੁੱਕੇ ਹਾਂ ਲਾਡੀ ਬਾਈ ਤੜਕੇ ਮਿਲਦੇ ਹਾਂ ਠੀਕ ਹੈ ਬ੍ਰੋ ਚੱਲ ਜਿਹੜਾ ਮੈਂ ਤੈਨੂੰ 5-7 ਕਰੋੜ ਰੁਪਇਆ ਖਵਾਉਣਾ ਸੀ ਉਹ ਖਵਾਤਾ ਅੱਜ ਚੱਲ ਮੇਰਾ ਜਿਹੜਾ ਨੁਕਸਾਨ ਹੋਣਾ ਸੀ ਮੈਂ ਕਰਵਾ ਲਿਆ ਠੀਕ ਅੱਧਾ ਘਾਟਾ ਯਾਰੀ ਦੋਸਤੀ 'ਚ ਹੁੰਦੀ 100% ਯਾਰੀ ਦੋਸਤੀ ਆਪਦੇ ਨਾਲ ਬਾਪੂ ਆਪਣੇ ਆਪਣੇ ਦਾ ਚੋ ਤੜਕੇ ਮਿਲ ਜਾ ਲਾਡੀ ਬਹੁਤ ਬਹੁਤ ਧੰਨਵਾਦ ਤੇ ਪੈਸੇ ਲਵਾਨ ਜਿਹੜਾ 10 ਲੱਖ ਲੈਣਾ ਦਾ ਤੂੰ ਠੀਕ ਹੈ ਚੰਗਾ ਮਿਲਦੇ ਆ ਗਾਇਜ਼ ਠੀਕ ਓਕੇ ਕਹਿੰਦੇ ਕਿੱਥੇ ਆ ਗਏ ਕਹਿੰਦੇ ਆਹ ਬੰਦੇ ਕੋਲ ਆ ਗਏ ਕਹਿੰਦੇ ਇਹ ਕੌਣ ਹੈ ਕਹਿੰਦੇ ਤਾਂ ਵੱਡੀ ਚੀਜ਼ ਆ ਦੈਟ ਇਜ਼ ਦ ਬਿਗ ਥਿੰਗ ਆਹ ਲੈ ਲਿਆ ਇਹ ਤੇ ਲਾਤਾ ਜਿਹੜਾ 10-12 ਕਰੋੜ ਰੁਪਇਆ ਸਾਂਭ ਰੱਖਿਆ ਸੀ ਨਰਮੇ ਦਾ ਨਾ ਨਰਮਾ ਕਿੱਥੇ ਆਉਣਾ ਅੱਛਾ ਕਿੱਥੋਂ ਕਿੱਥੋਂ ਆ ਰਿਹਾ ਸੀ ਫੋਨ ਹੋਏ ਇਹ ਲੈਣ ਕੱਟ ਦਾਂਗੇ ਅਸੀਂ ਓਕੇ ਆ ਜਾਓ ਬਹੁਤ ਤਕੜੇ ਠੀਕ ਹੈ ਯਾਰ ਕਹਿੰਦੇ ਕਿੱਥੇ ਆ ਗਏ ਕਹਿੰਦੇ ਉੱਥੇ ਦੁਬਾਰੇ ਆ ਗਏ ਜਿੱਥੋਂ ਗਏ ਸੀਗੇ ਮੁੰਡੇ ਬੌਡੀ ਬਿਲਡਰ ਫਿਰਦੇ ਨੇ ਕੱਲੀਆਂ ਬਲੈਣਾ ਚ ਨਹਾਉਂਦੇ ਇਹ ਵੀ ਨੀ ਪਤਾ ਅੰਦਰ ਉਹੀ ਤੜਕੇ ਵਾਲੇ ਕੱਪੜੇ ਪਾਈ ਫਿਰਦੇ ਨੇ ਗੇ ਆਹ ਰੱਖ ਰੱਖੇ ਇਹਨਾਂ ਨੇ ਚੋਬਰਾਂ ਨੇ ਆਹ ਮਾਰੇ ਆ ਕਦੇ ਹੋਏ ਲੇਟ ਜੇ ਹੈ ਵੈਲੀਓ ਹੈ ਬਾਈ ਹਲਵਾਈ ਜੀ ਕੋਲ ਜਾ ਰਹੇ ਹਾਂਗੇ ਸਾਡੇ ਮੇਨ ਕੁੱਕ ਨੇ ਸਾਡੇ ਜਗਦੀਪ ਭਾਜੀ ਵੱਡੇ ਲੈਵਲ ਦੀ ਗੱਲਬਾਤ ਹੈ ਤੇ ਇਹ ਵਿਆਹ ਕਰਾ ਰਹੇ ਨੇ ਬਸ ਐਸੇ ਸਾਲ ਹੀ ਹਾਂ ਕੰਮ ਸਿੱਖ ਰਿਹਾ ਹੈਗਾ ਕਿਆ ਬਾਤ ਹੈ ਅੱਜ ਅਸੀਂ ਤੁਹਾਨੂੰ ਬਣਾਉਣੀ ਸਿਖਾਵਾਂਗੇ ਤਰੀ ਵਾਲੀ ਭੁਰਜੀ ਬਹੁਤ ਤਕੜੇ ਲੈਵਲ ਦਾ ਕੰਮ ਆ ਬਾਈ ਦਾ ਯੂਟਿਊਬ ਤੇ ਪੇਜ ਹੈਗਾ ਜਗਦੀਪ ਕੁਕਿੰਗ ਤੇ ਬਹੁਤ ਤਕੜੇ ਲੈਵਲ ਦੇ ਮਸਾਲੇ ਮਸੂਲੇ ਪਾਉਂਦਾ ਬੰਦਾ ਤੇ ਸੋਨੂੰ ਦਿਖਾ ਰਹੇ ਆ ਫਿਰ ਕੀ ਬਣ ਰਿਹਾ ਜਹਾਨ ਤੇ ਚੱਕ ਦਾਂਗੇ ਬਾਰ ਚੁੜੀ ਗੱਡਾ 150 ਕਿੱਲਾ ਰਾਜਸਥਾਨ ਚ ਆਈ ਯਾਰ ਖਾਲੀ ਗੰਢਿਆਂ ਦੇ ਗੱਟੇ ਆ ਗਏ ਆਹ ਪੈਣੇ ਤੁਹਾਡੇ ਸਾਹਮਣੇ ਮਾਰਦਾ ਗੱਡੇ ਮੂਧੇ ਐਡੇ ਸਿਲੰਡਰ ਤਾਂ ਅਸੀਂ ਉਹੀ ਮੁਕਾ ਦਿੰਦੇ ਹਾਂਗੇ ਫਿਰ ਆਹ ਸ਼ਰਟ ਪਾ ਲਏ ਭਾਅ ਜੀ ਅਸੀਂ ਧੰਨਵਾਦੀ ਹਾਂ ਇਹਨਾਂ ਨੇ ਸਾਡੀ ਇੱਜ਼ਤ ਰੱਖੀ
ਉਹਦੇ ਦੀ ਗੱਲਬਾਤ ਹੈ ਆਉਣ ਵਾਲੇ ਦੇ ਕੰਗਾਲਾਂ ਨਾਲ ਬਾਗ ਆ। ਮੈਨੂੰ ਵਿੱਚ ਫੋਨ ਆ ਗਿਆ ਸੀਗਾ ਅਤੇ ਭਾਅ ਜੀ ਨੇ ਇੱਧਰ ਤੁਸੀਂ ਦੇਖ ਹੀ ਸਕਦੇ ਕਿਹੜੇ ਲੋਟ ਨਾਸ ਮਾਰਤਾ ਅਤੇ ਬਸ ਇਹ ਮੈਨੂੰ ਲੱਗਦਾ ਬਸ ਅੱਜ ਤੋਂ 6 ਮਹੀਨਿਆਂ ਨੂੰ ਮਾਲਕ ਕਿਰਪਾ ਕਰੇ ਮੌਕੇ ਪੈਣ ਹੀ ਲੱਗ ਜਾਣਗੇ ਇਹਨਾਂ ਦੇ। ਤੁਸੀਂ ਦੇਖ ਸਕਦੇ ਹੋ ਵੀ ਕੀ ਬਣਾ ਤਾ ਪਤਾ ਹੀ ਲੱਗ ਰਿਹਾ ਕੁਛ ਵੀ ਕੀ ਬਣ ਗਿਆ ਇੱਥੇ ਅਤੇ ਅਸੀਂ ਧੰਨਵਾਦੀ ਹਾਂ ਹੈਂ। ਕਿੱਡੀ ਮਤਲਬ ਜੁੜੀ ਜਨਮਦਿਨ ਨਾਲ ਗੱਲ ਤੁਹਾਡੇ ਹੈ ਨਾ, ਖਾਣ ਪੀਣ ਵਾਲੇ ਦਿਨ ਜਨਮੇ ਵੱਡੀ ਗੱਲਬਾਤ ਹੈ। ਨਵੇਂ ਵਲੋਗ 'ਚ ਬਾਈ ਜਮਾਂ ਸਟਾਰਟਿੰਗ ਤੋਂ ਦਿਖਾਵਾਂਗੇ ਤੁਹਾਨੂੰ, ਅੱਜ ਤਾਂ ਚੱਲਦੇ ਵਲੋਗ 'ਚ ਤੁਸੀਂ ਦੇਖ ਲਿਆ ਕੀ ਬਣਾਤਾ ਭਾਅ ਜੀ ਨੇ ਅਤੇ ਦੇਖ ਕੀ ਭੁੱਖ ਲੈਂਦੀ ਹੈ ਕਿ ਖਾਵਾਂਗੇ ਫਿਰ ਤਾਂ ਪਤਾ ਨਹੀਂ ਕੀ ਬਣੂਗਾ। ਬਹੁਤ ਧੰਨਵਾਦ ਭਾਅ ਜੀ ਤੁਹਾਡਾ, ਠੀਕ ਹੈ ਜੀ।